viewers break ਤੋਂ ਬਾਅਦ ਤੁਹਾਡਾ ਸਵਾਗਤ ਹੈ ਡਾਕਟਰ ਸਾਹਿਬ ਹੁਣ ਅਸੀਂ ਈਮੇਲਸ ਤੇ ਮੈਸੇजेस ਪੜਨ ਦਾ سلسلہ ਸ਼ੁਰੂ ਕਰਦੇ ਹਾਂ ਜੀ ਸਭ ਸਾਡੀ ਫਰਸਟ ਈਮੇਲ ਲੰਡਨ ਤੋਂ ਵੀਰ ਕੁਲਦੀਪ ਸਿੰਘ ਜੀ ਦੀ ਹੈ ਉਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਸਾਹਿਬ ਤੇ ਅਮਰਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਦੇ ਨੇ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਦਿਲੋਂ ਅਤੇ ਸਤਿਕਾਰ ਸਤਿਕਾਰ ਸਹਿਤ ਧੰਨਵਾਦ ਕਰਦਾ ਹਾਂ ਕਿ ਆਪ ਜੀ ਸਾਡੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਪਿਛਲੇ 25 30 ਸਾਲਾਂ ਤੋਂ ਅਣਥੱਕ ਮਿਹਨਤ ਤੇ ਸੰਘਰਸ਼ ਕਰ ਰਹੇ ਹੋ ਖਾਲਸਤਾਨ ਦੀ ਪ੍ਰਾਪਤੀ ਅਤੇ ਕਾਇਮੀ ਉਨੀ ਹੀ ਜ਼ਰੂਰੀ ਹੈ ਜਿੰਨੀ ਕਿ ਸਾਡੇ ਸਰੀਰ ਨੂੰ ਖੁਰਾਕ ਅਤੇ ਹਵਾ। ਸਿੱਖੀ ਦੇ ਵਧਣ ਫੁੱਲਣ ਲਈ ਖਾਲਸਤਾਨ ਰੂਪੀ ਖੁਰਾਕ ਜ਼ਰੂਰੀ ਹੈ ਅਤੇ ਸਾਡੇ ਲਈ ਕੌਮੀ ਕਰ ਬੇहद ਜ਼ਰੂਰੀ ਹੈ ਕਿਉਂਕਿ ਬੇਕਰ ਲੋਕਾਂ ਨੂੰ ਸੜਕਾਂ ਤੇ ਕੁਚਲ ਦਿੱਤਾ ਜਾਂਦਾ ਹੈ। ਕੁਝ ਇਸੇ ਤਰ੍ਹਾਂ ਸਾਡੇ ਨਾਲ ਹੋ ਚੁੱਕਾ ਹੈ ਅਤੇ ਹੋ ਵੀ ਰਿਹਾ ਹੈ। ਬਾਕੀ ਮੈਂ ਆਪ ਜੀ ਨਾਲ ਕੁਝ ਟੌਪਿਕ ਸਾਂਝੇ ਕਰ ਰਿਹਾ ਹਾਂ। ਸਾਡੇ ਲੋਕ ਵਿਆਹਾਂ ਵਿੱਚ ਅੰਨੇ ਵਾਹ ਖਰਚਾ ਕਰਦੇ ਹਨ। ਇਹ ਖਰਚਾ 20 ਤੋਂ 50 ਲੱਖ ਤੱਕ ਪਹੁੰਚ ਚੁੱਕਾ ਹੈ ਜੇਕਰ ਵਿਆਹ ਤੋਂ ਬਾਅਦ ਧੀ ਜਾਂ ਜੁਵਾਈ ਨੇ ਕੁਝ ਜੇਕਰ ਵਿਆਹ ਤੋਂ ਬਾਅਦ ਧੀ ਜਾਂ ਧੀ ਜਾਂ ਜੁਵਾਈ ਨੇ ਸਹਾਇਤਾ ਮੰਗ ਲਈ ਤਾਂ ਉਹ 50 ਵਾਰ ਸੋਚਦੇ ਹਨ ਪਰ ਵਿਆਹ ਵਿੱਚ ਬਿਨਾਂ ਸੋਚੇ ਸਮਝੇ ਪਾਣੀ ਵਾਂਗੂ ਪੈਸਾ ਵਹਾ ਦਿੰਦੇ ਹਨ ਸਾਨੂੰ ਚਾਹੀਦਾ ਹੈ ਕਿ ਧੀ ਭੈਣ ਨੂੰ ਜ਼ਿੰਦਗੀ ਵਿੱਚ ਅਗਾਹ ਵਧਣ ਲਈ ਬਣਦੀ ਹੈਲਪ ਕਰੀਏ ਤੇ ਫालतू ਖਰਚਾ ਨਾ ਕਰੀਏ ਅਤੇ ਉਹਨਾਂ ਦੀ ਐਜੂਕੇਸ਼ਨ ਤੇ ਵੱਧ ਖਰਚ ਕਰਨ ਦੀ ਲੋੜ ਹੈ ਅੱਜਕੱਲ ਪੰਜਾਬ ਵਿੱਚ ਪੜ੍ਹੇ ਲਿਖੇ ਅੰਗੂਠਾ ਛਾਪ ਪੈਦਾ ਹੋ ਰਹੇ ਹਨ ਕਿਉਂਕਿ ਪੰਜਾਬ ਵਿੱਚ ਪ੍ਰੋਫੈਸ਼ਨਲ ਵਿੱਦਿਆ ਪ੍ਰਾਪਤੀ ਦੇ ਸਾਧਨ ਨਹੀਂ ਹਨ ਪੰਜਾਬ ਵਿੱਚ ਕੋਈ ਡਾਕਟਰ ਇੰਜੀਨੀਅਰ ਵਿਗਿਆਨੀ ਨਹੀਂ ਬਣ ਸਕਦਾ ਇਹ ਸਭ ਪੰਜਾਬ ਸਰਕਾਰ ਦੀ ਹੱਲਾਸ਼ੇਰੀ ਨਾਲ ਹਿੰਦੂਤਵੀ ਸਰਕਾਰ ਕਰ ਰਹੀ ਹੈ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਸਿੱਖ ਤੁਹਾਨੂੰ ਕਿਤੇ ਮੰਗਦਾ ਨਹੀਂ ਮਿਲੇਗਾ ਪਰ ਮੈਂ ਤਾਂ ਪੀਟੀਸੀ ਤੇ ਰੋਜ਼ ਮੰਗਦੇ ਦੇਖਦਾ ਹਾਂ ਬਾਦਲ ਦੀ ਨੂੰ ਹਰ ਰੋਜ਼ ਲੋਕਾਂ ਤੋਂ ਹੱਥ ਅੜਕੇ ਆਟਾ ਦਾਲ ਵੰਡਦੀ ਹੈ ਇਹਨਾਂ ਨੇ ਅਮੀਰ ਪੰਜਾਬੀਆਂ ਨੂੰ ਮੰਗ ਤੇ ਬਣਾ ਕੇ ਰੱਖ ਦਿੱਤਾ ਹੈ ਇਹ ਗਿੱਦੜ ਜੋ 84 ਵੇਲੇ ਪੂੰਛ ਦਬਾ ਕੇ ਹੱਥ ਖੜੇ ਕਰਕੇ ਨਿਕਲੇ ਸਨ ਅੱਜ ਸ਼ੇਰੇ ਪੰਜਾਬ ਦੀ ਰੀਸ ਕਰਦੇ ਹਨ ਅਕਾਲੀ ਪਾਰਟੀ ਦਾ ਜਨਮ ਮਹੰਤਾਂ ਤੋਂ ਗੁਰਦੁਆਰੇ ਛਡਵਾਉਣ ਲਈ ਹੋਇਆ ਸੀ ਪਰ ਅੱਜ ਦੇ ਅਖੌਤੀ ਅਕਾਲੀਆਂ ਨੇ ਦੁਬਾਰਾ ਫੇਰ ਗਤਰੇ ਵਾਲੇ ਮਹੰਤਾਂ ਤੋਂ ਕਬਜ਼ਾ ਕਰਵਾ ਕਰਵਾ ਲਿਆ ਹੈ ਟਾਸਕ ਫੋਰਸ ਦੇ ਨਾਂ ਹੇਠਾਂ ਆਰਐਸਐਸ ਅਤੇ ਬਾਂਦਰਸੇਨਾ ਦੇ ਗੁੰਡੇ ਹਰਮੰਦਰ ਸਾਹਿਬ ਦੀ ਹਦੂਦ ਵਿੱਚ ਵਾਰਡ ਰੱਖੇ ਹਨ ਪੁਲਿਸ ਵਿੱਚ ਵੀ ਮਨਮੁਖੀ ਅਤੇ ਪਗੜੀ ਧਾਰੀ ਪਤਿਤ ਗੁੰਡੇ ਭਰਤੀ ਕੀਤੇ ਹਨ ਆਰਐਸਐਸ ਦਾ ਅਸ਼ੋਕ ਸਿੰਘਲ ਹਿੰਦੂਆਂ ਨੂੰ ਪੰਜ-ਪੰਜ ਬੱਚੇ ਪੈਦਾ ਕਰਨ ਨੂੰ ਕਹਿੰਦਾ ਹੈ ਪਰ ਸਾਡੇ ਲੋਕ ਤਾਂ ਇਸ ਗੱਲ ਤੇ ਅੜੇ ਹੋਏ ਹਨ ਕਿ ਪਹਿਲਾਂ ਹਮ ਦੋ ਹਮਾਰੇ ਦੋ ਅਤੇ ਹੁਣ ਇੱਕ ਹੀ ਕਾਫੀ ਔਰ ਸੇ ਮਾਫੀ ਜਿਸ ਦਾ ਸਰਕਾਰ ਨੇ ਬੜਾ ਠੋਕ ਕੇ ਪੰਜਾਬ ਵਿੱਚ ਪ੍ਰਚਾਰ ਕੀਤਾ ਹੈ ਜਿੱਥੇ ਹਿੰਦੂਆਂ ਦਾ ਜਨਮ ਹੋਇਆ ਜਿੱਥੇ ਹਿੰਦੂ ਰਹਿੰਦੇ ਹਨ ਉਸ ਨੂੰ ਹਿੰਦੁਸਤਾਨ ਕਹਿੰਦੇ ਹਨ ਪਰ ਜਿੱਥੇ ਖਾਲਸਾ ਪ੍ਰਗਟਿਆ ਤੇ ਰਹਿੰਦਾ ਹੈ ਉਸ ਨੂੰ ਸਾਡੇ ਲੋਕ ਖਾਲਸਤਾਨ ਕਹਿਣ ਨਾਲ ਇਹਨਾਂ ਨੂੰ ਪਤਾ ਨਹੀਂ ਕਿਉਂ ਢਿੱਡ ਪੀੜ ਹੁੰਦੀ ਹੈ ਜੇ ਨਹੀਂ ਤਾਂ ਹਿੰਦੁਸਤਾਨ ਕਹਿਣ ਤੇ ਵੀ پابੰਦੀ ਲਾਓ ਪਰ ਅਸੀਂ ਤਾਂ ਫਿਰ ਵੀ ਕਹਾਂਗੇ ਹੀ ਸਾਡੇ ਬਾਹਰ ਰਹਿੰਦੇ ਸਿੱਖ ਵੀਰ ਭੈਣ ਹਮੇਸ਼ਾ ਆਪਣੇ ethnicities group ਜਾਂ ethnicity ਸਿੱਖ ਲਿਖਣ ਨਾ ਕਿ ਇੰਡੀਅਨ ਵੈਸਟਰਨ ਚਰਚਿਲ ਹਿੰਦੂਆਂ ਨੂੰ ਆਜ਼ਾਦੀ ਦੇਣ ਦੇ ਖਿਲਾਫ ਸੀ ਉਸ ਦਾ ਕਹਿਣਾ ਸੀ ਕਿ ਲੋਕ ਇਹ ਲੋਕ ਆਜ਼ਾਦੀ ਦੇ ਲਾਇਕ ਨਹੀਂ ਹਨ ਆਜ਼ਾਦੀ ਤੋਂ ਬਾਅਦ ਇਹ ਲੋਕ ਭੁੱਖੇ ਅਤੇ ਲੜ ਲੜ ਕੇ ਮਰ ਜਾਣਗੇ ਜੋ ਕਿ ਅੱਜ ਹੋ ਰਿਹਾ ਹੈ ਮੇਰੀ ਟੀਵੀ 84 ਦੇ ਰਾਹੀਂ ਅਮਰੀਕੀ ਸਰਕਾਰ ਨੂੰ ਬੇਨਤੀ ਹੈ ਕਿ ਇਸ ਤੋਂ ਪਹਿਲਾਂ ਬਹੁਤ देर ਹੋ ਜਾਵੇ ਉਹ ਹਿੰਦੂ ਅਤਵਾਦੀ ਗਰੁੱਪ ਆਰਐਸਐਸ ਅਤੇ ਇਸ ਦੇ ਦੂਸਰੇ ਗੁੱਟਾਂ ਤੇ ਪੂਰਨ ਪਾਬੰਦੀ ਲਾਉਣ ਹਰ ਵੀਰ ਭੈਣ ਆਪਣੇ ਪੀਸੀ ਦੇ ਇੰਟਰਨੈਟ ਵਿੰਡੋ ਤੇ ਇੱਕ ਸਪੇਅਰ ਟੀਵੀ TVADI4 লাইভ ਦਾ ਟੈਬ ਪੇਜ ਤੇ ਸੈੱਟ ਕਰਨ ਤਾਂ ਜੋ ਇਸ ਵੇਲੇ ਇੰਟਰਨ ਜਿਸ ਵੇਲੇ ਇੰਟਰਨੈਟ ਖੋਲੇ ਉਸੇ ਵੇਲੇ ਆਪ ਜੀ ਪੀਸੀ ਤੇ TVADI4 ਚੱਲ ਜਾਵੇ ਅਤੇ ਇਸ ਦੇ ਵਿਊਅਰਸ ਵਧਣ ਤੇ ਇਸ ਦੀ ਸਪੋਰਟ ਹੋ ਸਕੇ ਡਾਕਟਰ ਸਾਹਿਬ ਅੰਤ ਵਿੱਚ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਕਿ ਆਪ ਜੀ ਸਟਾਫ ਨੂੰ ਕਹਿ ਕੇ ਆਪ ਜੀ ਦੀਆਂ ਸਪੀਚਾਂ ਪੁਰਾਣੀਆਂ ਵੀ ਜੋ ਕਿ ਬਹੁਤ ਜਾਣਕਾਰੀ ਵਾਲੀਆਂ ਹੁੰਦੀਆਂ ਹਨ ਉਹਨਾਂ ਨੂੰ ਆਡੀ ਉਹਨਾਂ ਦੀ ਆਡੀਓ ਤੇ ਵੀਡੀਓ ਉਪਲਬਧ ਕਰਾਉਣ ਮੈਂ ਆਪ ਜੀ ਤੋਂ ਈਮੇਲ ਲਿਖਣ ਮੈਂ ਆਪਜੀ ਤੋਂ ਈਮੇਲ ਲੰਬੀ ਹੋਣ ਦਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਾਫੀ ਮੰਗਦਾ ਹਾਂ ਖਾਲਸਤਾਨ ਮੇਰੇ ਦਿਲ ਦੀ ਧੜਕਣ ਜਿੰਦਾਬਾਦ ਛੋਟ ਧੰਨਵਾਦ ਸਹਿਤ ਆਪਜੀ ਦਾ ਛੋਟਾ ਵੀਰ ਕੁਲਦੀਪ ਸਿੰਘ ਹਾਂਜੀ ਡਾਕਟਰ ਸਾਹਿਬ ਆ ਵੀਰ ਕੁਲਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਲਿਖਿਆ ਕਾਫੀ ਦੇਰ ਬਾਅਦ ਉਹਨਾਂ ਦੀ ਈਮੇਲ ਆਈ ਹੈ ਤੇ ਕਿਉਂਕਿ ਦੇਰ ਬਾਅਦ ਲਿਖਿਆ ਇਸ ਲਈ ਉਹਨਾਂ ਦੀ ਲੰਬੀ ਈਮੇਲ ਵੀ ਅਸੀਂ ਐਕਸੈਪਟ ਕਰ ਲੈਣੇ ਹਾਂਜੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕਹੀਆਂ ਉਹ ਸੈਲਫ ਐਕਸਪਲੈਨੇਟਰੀ ਨੇ ਜਾ ਉਹਨਾਂ ਦਾ ਆਪਣੇ ਆਪ ਦੇ ਵਿੱਚ ਬੜੀਆਂ ਕਲੀਅਰ ਨੇ ਮੇਰੇ ਬਹੁਤੇ ਕਮੈਂਟਸ ਦੀਆਂ ਮਹਤਾਜ ਨਹੀਂ ਫਿਰ ਵੀ ਮੈਂ ਕੁਇਕਲੀ ਜਿਹੜੇ ਨੋਟਸ ਲਏ ਤੁਹਾਡੀ ਪੜਤ ਦੇ ਦੌਰਾਨ ਜੀ ਉਹਦੇ ਚ ਉਹਨਾਂ ਨੇ ਸ਼ਲਾਘਾ ਦੇ ਸ਼ਬਦ ਕਹੇ ਨੇ ਅਸੀਂ ਹਮੇਸ਼ਾ ਹੀ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹਾਂ ਜਿਹੜੇ ਸਾਡੇ ਵੀਰਪੈਣਾ ਔਰ ਜਾਗਰੂਕ ਔਰ ਇੰਟੈਲੈਕਚੁਅਲ ਜਦ ਜਦੋਂ ਸਾਨੂੰ ਉਹਨਾਂ ਤੋਂ ਟ੍ਰਿਬਿਊਟ ਮਿਲਦੀ ਹੈ ਤਾਂ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਔਰ ਇਹ ਵੀ ਮਹਿਸੂਸ ਹੁੰਦਾ ਹੈ ਵੀ ਅਸੀਂ ਠੀਕ ਦਿਸ਼ਾ ਵੱਲ ਜਾ ਰਹੇ ਹਾਂ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਕੌਮੀ ਕਰ ਬੜਾ ਜ਼ਰੂਰੀ ਹੈ ਬੇਕਰੇ ਤਾਂ ਕੁਚਲੇ ਜਾਂਦੇ ਨੇ ਬੇਕਰਿਆਂ ਦੀ ਕੋਈ ਥਾਂ ਨਹੀਂ ਹੁੰਦੀ ਔਰ ਅਕਸਰ ਜਦੋਂ ਮੈਂ ਇਹ ਬੇਕਰਾ ਸ਼ਬਦ ਹੀ ਸੁਣਦਾ ਤੇ ਬੇਕਰੇ ਦੇ ਨਾਲ ਹੀ ਬੇਪੱਤ ਵੀ ਨਾਲ ਹੀ ਜੁੜਿਆ ਹੁੰਦਾ ਕਿਉਂਕਿ ਬੇਕਰੇ ਬੇਪੱਤ ਹੁੰਦੇ ਨੇ ਔਰ ਹਰਿੰਦਰ ਸਿੰਘ ਮਹਿਬੂਬ ਦੀਆਂ ਇਹ ਲਾਈਨਾਂ ਅਕਸਰ ਕਈ ਵਾਰ ਜਦੋਂ ਮੈਂ ਨਾ ਵੀ ਆਪਣੇ ਜ਼ੁਬਾਨ ਤੋਂ ਕਹਿ ਰਿਹਾ ਹਾਂ ਤੇ ਮੇਰੇ ਅੰਦਰ ਚੱਲ ਰਹੀਆਂ ਹੁੰਦੀਆਂ ਨੇ ਜਿਹਦੇ ਚੋਂ ਕਹਿੰਦੇ ਨੇ ਕਿ ਬੇਪੱਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ ਹਾਂਜੀ ਬਦਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਗਰਕੇ ਮੂੰਹ ਜ਼ੋਰ ਸਮਾ ਨਾ ਕੌਮੇ ਮੇਟ ਸਕੇਗਾ ਤੈਨੂੰ ਆਪਣੀ ਪੱਤ ਪਛਾਣ ਲਵੇ ਜੇ ਲੜ ਮਾਹੀ ਦਾ ਫੜ ਕੇ ਹਾਂਜੀ ਸੋ ਅਸੀਂ ਬੇਪੱਤ ਵੀ ਆਂ ਔਰ ਫਰੇਬੀ ਜ਼ਮੀਨ ਦੇ ਉੱਤੇ ਜਿਹਨਾਂ ਦੀ ਰਗੋ ਰੇਸ਼ੀਆਂ ਦੇ ਅੰਦਰ ਫਰੇ ਪ ਭਰਿਆ ਹੋਆ ਉਹਨਾਂ ਦੀ ਧਰਤੀ ਤੇ ਅਸੀਂ ਜਿਹੜੇ ਆ ਉਹਨਾਂ ਦੇ ਰਹਿਮੋ ਕਰਮ ਤੇ ਹਾਂਜੀ ਔਰ ਸਾਡੇ ਪੈਰਾਂ ਦੇ ਹੀਠਾਂ ਵੀ ਜਿਹੜੀ ਹੈ ਬਦਨਸੀਬ ਪੈਰਾਂ ਦੇ ਹੀਠਾਂ ਖਾਕ ਵਿਸ਼ੈਲੀ ਕਰਕੇ ਜ਼ਹਿਰ ਭਰੀ ਜਿਹੜੀ ਮਿੱਟੀ ਹੈ ਉਹ ਵੀ ਵਿਸ਼ੈਲੀ ਹੈ ਉਹ ਵੀ ਸਾਡੇ ਪੈਰ ਵੀ ਬਦਨਸੀਬ ਨੇ ਕਿ ਸਾਡਾ ਵਾਹ ਇਸ ਵਿਸ਼ੈਲੀ ਖਾਕ ਦੇ ਨਾਲ ਪਏ ਪਰ ਖੋਪਰ ਉਹਨਾਂ ਨੇ ਦਿੱਤੀ ਹੈ ਕਿ ਜੇ ਮਾਹੀ ਦਾ ਲੜਫੜਿਆ ਗੁਰੂ ਕਲਗੀ ਦਾ ਅਸਰਾ ਹੈ ਸਿੱਖੀ ਆਸ਼ੇ ਨਾਲ ਅਸੀਂ ਜੁੜੇ ਹੋਏ ਤਾਂ ਫਿਰ ਅਸੀਂ ਜ਼ਰੂਰ ਆਪਣਾ ਕੌਮੀ ਘਰ ਵੀ ਆਪਣੀ ਪੱਤ ਵੀ ਆਪਣੀ ਇੱਜ਼ਤ ਵੀ ਆਪਣਾ ਟਿਕਾਣਾ ਵੀ ਜ਼ਰੂਰ ਬਣਾ ਸਕਾਂਗੇ ਜਿਸ ਖਾਲਸਾਣ ਦੇ ਲਈ ਇੰਨੀਆਂ ਕੁਰਬਾਨੀਆਂ ਹੋਈਆਂ ਨੇ ਉਹ ਪੂਰੀਆਂ ਨੇ ਉਹਨਾਂ ਨੇ ਪਸਬ ਤੋਂ ਪਹਿਲਾ एजेंडा ਜਿਹੜਾ ਖਾਸ ਤੌਰ ਤੇ ਅੱਜ ਅਸੀਂ 20 ਤੋਂ 50 ਲੱਖ ਤੱਕ ਵਿਆਹਾਂ ਤੇ ਖਰਚ ਕਰਦੇ ਹਾਂ ਬਿਲਕੁਲ ਠੀਕ ਫਿਗਰ ਹੈ ਇਹ ਵੀ ਬੜੀ ਇਹਨਾਂ ਨੇ ਮੋਡਸਟ ਫਿਗਰ ਦਿੱਤੀ ਹੈ ਜਿਹਦੇ ਨਾਲ ਕਦੇ ਗੱਲ ਹੁੰਦੀ ਹੈ ਆਮ ਹਾਲਤ ਦੇ ਵਿੱਚ ਵੀ ਇੱਕ ਮੱਧ ਵਰਗੀ ਸਿੱਖ ਪਰਿਵਾਰ ਵੀ ਜਿਹੜਾ ਉਹ ਬਹੁਤ ਖਿੱਚ ਕੇ ਵੀ ਖਰਚ ਕਰੇ ਤੇ 25-30 ਲੱਖ ਦੇ ਵਿੱਚ ਇੱਕ ਚੰਗਾ ਵਿਆਹ ਹੁੰਦਾ ਜਿਹਨੂੰ ਉਹ ਕਹਿੰਦੇ ਨੇ ਜੀ ਘੱਟੋ ਘੱਟ ਅਸੀਂ ਆਪਣਾ ਫਰਜ਼ ਨਿਭਾਇਆ ਹਾਂਜੀ ਹਾਂਜੀ ਔਰ ਉਹਦੇ ਚ ਫਿਰ ਗਲਤ ਉਹੀ ਹੈ ਕਿ ਵੀ ਉਹਦੇ ਚ ਉਹਨਾਂ ਕ ਧੂਆ ਨਿਕਲ ਗਿਆ ਹੁੰਦਾ ਬਾਅਦ ਚ ਕਿਸੇ ਦੀ ਮਦਦ ਕੀ ਕਰਨੀ ਹੈ ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਹੈ ਕਿ ਵੀ ਜੇ ਅਸੀਂ ਬਜਾਏ ਜਦੋਂ ਬੱਚੀ ਸਾਡੇ ਘਰ ਜਨਮ ਲੈਂਦੀ ਹੈ ਅਸੀਂ ਇਹ ਰੱਖਣ ਦੇ ਕਿ ਵੀ ਲੱਖ ਕੁਬਾ ਹੋ ਗਿਆ ਕਿ ਜੀ ਅਸੀਂ ਜਿਹੜਾ ਕਿਵੇਂ ਉਹਨਾਂ ਨੂੰ ਉਦੋਂ ਤੱਕ ਪਹੁੰਚਦੇ ਹਾਂ 60 ਲੱਖ ਖਰਚੇ ਵਾਲੀ ਗੱਲ ਹੋਣੀ ਹੈ ਜਿਹੜੀ ਅੱਜ ਸ਼ੁਰੂ ਕਰਦੇ ਨੇ ਸੋ ਜੇ ਅਸੀਂ ਇਹ ਮਿੱਥੀ ਹੈ ਕਿ ਵੀ ਜਿਹੜਾ ਇਹ ਪਾਰਟ ਹੈ ਅਸੀਂ ਉਹਨਾਂ ਨੂੰ ਬੈਸਟ এডਿਕੇਸ਼ਨ ਦੇਣੀ ਹੈ ਅਸੀਂ ਉਹਨਾਂ ਨੂੰ ਡਾਕਟਰ ਬਣਾਉਣਾ ਹੈ ਇੰਜੀਨੀਅਰ ਬਣਾਉਣਾ ਹੈ ਵਕੀਲ ਬਣਾਉਣਾ ਹੈ ਪੋਲਿਟিক্যাল ਸਾਇੰਟਿਸਟ ਬਣਾਉਣਾ ਹੈ ਜਰਨਲਿਸਟ ਬਣਾਉਣਾ ਹੈ ਕੋਈ ਵੀ ਕਿਤਾ ਔਰ ਜਦੋਂ ਉੱਥੋਂ ਤੱਕ ਉਹ ਪਹੁੰਚ ਜਾਣਗੇ ਫਿਰ ਉਹਨਾਂ ਨੂੰ ਲੋੜ ਨਹੀਂ ਹੈ ਔਰ ਫਿਰ ਜਦੋਂ ਤੱਕ ਉਹਨਾਂ ਕੋਲ ਆਪਣਾ ਗੁਣ ਹੈ এডਿਕੇਸ਼ਨ ਹੈ ਫਿਰ ਸਾਨੂੰ ਇਸ ਦੌਰ ਚ ਜਾਂ ਇਸ ਦੌੜ ਚ ਪੈਣ ਦੀ ਲੋੜ ਨਹੀਂ ਹੋਣੀ ਚਾਹੀਦੀ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਇਹ ਹੁਣ ਅਸੀਂ ਵੀ ਕੋਟ ਕਰਦੇ ਰਹੇ ਕਿ ਜਿਉਂਕਿ ਕਿਰਤ ਦਾ ਫਲਸਫਾ ਸਿੱਖੀ ਚ ਗੁਰੂ ਸਾਹਿਬ ਨੇ ਦਿੱਤਾ ਹਾਂਜੀ ਔਰ ਬਾਹਰਲੇ ਵੀ ਜਦੋਂ ਆਉਂਦੇ ਨੇ ਉਹ ਕਹਿੰਦੇ ਨੇ ਜੇ ਸਿੱਖਾਂ ਚ ਮੰਗਤੇ ਨਹੀਂ ਨੇ ਪਰ ਅੱਜ ਹਾਲ ਜੇ ਮੰਗਤੇ ਨੇ ਤਾਂ ਹੈ ਹੀ ਨਹੀਂ ਅੱਜ ਸਵਾ ਕਦੇ ਕੋਈ ਸੋਚ ਸਕਦਾ ਸੀ ਅੱਜ ਤੋਂ 30 ਸਾਲ ਪਹਿਲਾਂ ਕਿ ਸਿੱਖ ਆਤਮ ਹੱਤ ਕਰ ਸਕਦਾ ਹੈ ਸੁਸਾਈਡ ਕਰ ਸਕਦਾ ਜੀ ਔਰ ਅੱਜ ਹਜ਼ਾਰਾਂ ਦੀ ਗਿਣਤੀ ਹੈ ਜਿਹੜੇ ਕਿ ਸੁਸਾਈਡ ਕਰਦੇ ਨੇ ਸਿੱਖ ਫਾਰਮਰ ਉਹ ਉਸੇ ਹੀ ਹੱਦ ਤੱਕ ਪਹੁੰਚ ਗਏ ਨੇ ਵੀ ਉਹਨਾਂ ਕੋਲ ਕੁਝ ਨਹੀਂ ਹੈ ਇਹਨੇ ਕਰਜ਼ਾਈ ਹੋ ਗਏ ਨੇ ਅਜੇ ਮੰਗਤਿਆਂ ਕੋਲ ਦਾ ਫਿਰ ਮੰਗਤਿਆਂ ਦੇ ਸਿਰ ਤੇ ਕਰਜ਼ਾ ਨਹੀਂ ਹੁੰਦਾ ਉਹ ਕਿਸੇ ਦੇ ਦੇਣਦਾਰ ਨਹੀਂ ਹੁੰਦੇ ਔਰ ਉਹਨਾਂ ਦੀ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਉਹ ਇੱਕ ਬੇਫਿਕਰ ਹੋ ਸਕਦੇ ਨੇ ਤੇ ਜਿਹੜਾ ਗ੍ਰਸਤੀ ਬੈਠਾ ਕਰਜ਼ਾਈ ਹੋ ਰਿਹਾ ਉਹ ਤਾਂ ਮੰਗਤਿਆਂ ਤੋਂ ਵੱਧ ਤਰ ਔਰ ਇਹ ਆਟਾ ਦਾਲ ਸਕੀਮ ਫਲਾਣੀ ਸਕੀਮ ਠਿੰਗੀ ਸਕੀਮ ਇਹ ਤਾਂ ਜਿਹੜੇ ਨੇ ਇਹ ਤਾਂ ਪੋਲਿਟੀਕਲ ਇੱਕ ਸਟੰਟ ਹੈ ਜੀ ਇਹਦੇ ਨਾਲ ਕੋਈ ਜਿਹੜੇ ਜੈਨੂਇਨ ਲੋਕ ਨੇ ਉਹਦਾ ਦੀ ਉਹਨਾਂ ਦੀ ਕੋਈ ਮਦਦ ਨਹੀਂ ਹੁੰਦੀ ਬਾਕੀ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਇਹ ਮਹੰਤਾਂ ਤੋਂ ਗੁਰਦੁਆਰੇ ਲੈ ਤੇ ਅੱਜ ਗਾਤਰੇ ਵਾਲੇ ਮਹੰਤ ਨੇ ਫਰਕ ਇੰਨਾ ਹੀ ਹੈ ਕਿਉਂਕਿ ਜਿਹੜੀ ਸੋਚ ਹੈ ਉਹ ਕਬਜ਼ਾ ਰੱਖੂ ਹੈ ਕਬਜ਼ੇ ਉਹ ਹੀ ਹੈ ਜਿਵੇਂ ਮੈਂ ਅੱਗੇ ਕਿਹਾ ਸੀ ਕਿ ਉੱਥੇ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਕਹਿੰਦੇ ਨੇ ਵੀ ਗੁਰਦੁਆਰਾ ਨਹੀਂ ਗੋਲਕ ਦੇ ਉੱਤੇ ਹੀ ਇਹਨਾਂ ਨੇ ਜੱਫਾ ਮਾਰਿਆ ਹੋਇਆ ਟਾਸਕ ਫੋਰਸ ਹੋਏ ਉਹ ਵੀ ਜਿਵੇਂ ਗੁੰਡਾਗਰਦੀ ਕਰਦੇ ਨੇ ਕਿਸੇ ਵੀ ਮੌਕੇ ਤੇ ਉਹ ਤਾਂ ਐਂ ਹੀ ਲੱਗਦਾ ਹੈ ਵੀ ਜਿਵੇਂ ਪੁਲਸ ਵਾਲੇ ਹੀ ਜਿਹੜੇ ਨੇ ਉੱਥੇ ਯੂਨੀਫਾਰਮਸ ਨੇ ਤੇ ਇੱਥੇ ਕੇਸਰੀ ਪਗਾਮਾ ਨਾਲ ਕੇ ਆਏ ਹੋਏ ਨੇ ਉਹਨਾਂ ਦਾ ਬਿਹੇਵ ਬਿਲਕੁਲ ਪੁਲਸੀਏ ਗੁੰਡਿਆਂ ਵਰਗਾ ਹੈ ਜੀ ਅ ਬਾਕੀ ਉਹਨਾਂ ਨੇ ਆਬਾਦੀ ਦੇ ਹਵਾਲੇ ਨਾਲ ਕਿਹਾ ਵੀ ਸ਼ੋਕ ਸਿੰਗਲ ਤਾਂ ਕਹਿ ਰਿਹਾ ਵੀ ਪੰਜ ਪੰਜ ਬੱਚੇ ਜੰਮੋ ਤਾਂ ਸਾਡੇ ਪਹਿਲਾਂ ਦੋਆਂ ਤੇ ਗੱਲ ਸੀ ਹਮ ਦੋ ਹਮਾਰੇ ਦੋ ਤੇ ਹੁਣ ਇੱਕ ਤੇ ਗੱਲ ਆ ਗਈ ਔਰ ਇਹ ਵੀ ਹੁਣ ਸਮੇਂ ਦੀ ਸੀਮਾ ਹੈ ਕਿ ਇੱਕ ਪੂਰੀ ਨੀਤੀ ਦੇ ਤਾਅਤ ਪੰਜਾਬ ਦੇ ਵਿੱਚ ਉਹਨਾਂ ਨੇ ਕਿਵੇਂ ਫੈਮਿਲੀ ਪਲੈਨਿੰਗ ਨੂੰ ਥੋਪਿਆ ਕਿਵੇਂ ਪੂਰਾ ਕੈਂਪੇਨ ਕੀਤਾ ਕਿਵੇਂ ਐਕਸਟਰਾ ਮਨੀ ਰੱਖ-ਰੱਖ ਕੇ ਜਿਹੜਾ ਉਹ ਆਬਾਦੀ ਘਟਾਈ ਔਰ ਅੱਜ ਹਾਲ ਬਿਲਕੁਲ ਇਹ ਹੈ ਵੀ ਇੱਕ ਪਾਸੇ ਅਵੈਸੇ ਹੀ ਜਿਹੜੀ ਇਹ ਗਿਣਤੀ ਘਟਦੀ ਗਈ ਕਿਉਂਕਿ ਆਬਾਦੀ ਖੱਖਾਂ ਦੇ ਜ਼ੋਰ ਲੱਗਾ ਹੁਣ ਜਦੋਂ ਦੇ ਨਸ਼ੇ ਆਏ ਨੇ ਨਸ਼ਿਆਂ ਦੇ ਨਾਲ ਇਹ ਹੈ ਖਾਸ ਤੌਰ ਤੇ ਜਿਹੜੀ ਕ੍ਰੈਕ ਕੋਕੀਨ ਹੈ ਜਾਂ ਸਮੈਕ ਹੈ ਇਹ ਤੁਹਾਡੀ ਜਿਹੜੀ ਖਾਸ ਤੌਰ ਤੇ ਮੇਲ ਮੈਂਬਰ ਨੇ ਉਹਨਾਂ ਦੀ ਬੱਚੇ ਪੈਦਾ ਕਰਨ ਦੀ ਕੈਪੈਸਿਟੀ ਖਤਮ ਕਰ ਦਿੰਦੇ ਜੀ ਔਰ ਨਤੀਜੇ ਦੇ ਤੌਰ ਤੇ ਜਿਹੜੇ ਸਪਰਮ ਬੈਂਕ ਨੇ ਪੰਜਾਬ ਦੇ ਵਿੱਚ ਉਹ ਯੂਪੀ ਬਿਹਾਰ ਚੋਂ ਲਿਆ ਰਹੇ ਨੇ ਔਰ ਜਿਹੜੀਆਂ ਹੁਣ ਇਹ ਅ ਟੈਸਟ ਟਿਊਬ ਬੀਬੀ ਜਿਹਦੇ ਲਈ ਕਦੇ ਨਾਮ ਹੁੰਦਾ ਸੀ ਅੱਜ ਕੱਲ ਨੂੰ ਆਈ ਵੀ ਪੀ ਕਹਿੰਦੇ ਨੇ ਉਹ ਜਿਹੜਾ ਸਾਰਾ ਆ ਉਹ ਉਧਰ ਉਹ ਜਿਹੜੀ ਨਰਸ ਜਿਹੜਾ ਨਸਲ ਬਦਲੀ ਦੀ ਗੱਲ ਹੈ ਉਹ ਇੱਥੋਂ ਤੱਕ ਜਾਣਦੀ ਹੈ ਔਰ ਉਹ ਵੀ ਤੁਸੀਂ ਬੜੀ ਹਾਰਡ ਪ੍ਰੋਸੈਸ ਨਾਲ ਜਦੋਂ ਕਰਦੇ ਹੋ ਉਹ ਬੀਬੀ ਦੀ ਤੰਦਰੁਸਤੀ ਨੂੰ ਵੀ ਉਹ ਅਸਰ ਪਾਉਂਦਾ ਇੱਕ ਅੱਧਾ ਬੱਚਾ ਹੀ ਉਹਦੇ 'ਚ ਰਹਿੰਦਾ ਹੈ ਉਹ ਵੀ ਜੇ ਸਰਵਾਈਵ ਕਰ ਜਾਏ ਕਿ ਉਹ ਜਾਂਦੇ ਪਛਦੇ ਬਿਮਾਰੀ ਤੁਰੇ ਹੁੰਦੇ ਨੇ ਸੋ ਇੱਕ ਜਦੋਂ ਤੁਸੀਂ ਕੋਲ ਮੜਾ ਕੇ ਦੇਖਦੇ ਹੋ ਤਾਂ ਇਹ ਇੱਕ ਬੜੀ ਤੈ ਸ਼ੁਦਾ ਨੀਤੀ ਦੇ ਤਹਿਤ ਹੈ ਔਰ ਫਿਰ ਉਹਨਾਂ ਨੇ ਚਰਚਲ ਨੂੰ ਕੋਟ ਕੀਤਾ ਉਹਨੇ ਕਿਹਾ ਸੀ ਕਿ ਵੀ ਇੱਕ ਵਾਰੀ ਤੁਸੀਂ ਇਹਨਾਂ ਨੂੰ ਆਜ਼ਾਦੀ ਦੇ ਕੇ ਦੇਖੋ ਉਹਨੇ ਕਿਹਾ ਜੀ ਇਹ ਰੌਗਸ ਰਾਸਕਲਸ ਥੀਵਸ ਇਹ ਚਰਚਲ ਦੇ ਸ਼ਬਦ ਨਹੀਂ ਕਿ ਵੀ ਇਵਨ ਲਾਫ ਆਫ ਬ੍ਰੈਡ ਵਾਟ ਬੀ ਫਰੀ ਕਿ ਟੈਕਸੇਸ਼ਨ ਤੋਂ ਬਿਨਾਂ ਨਹੀਂ ਹੋਏਗਾ ਔਰ ਫਿਰ ਉਹਨਾਂ ਨੇ ਅਖੀਰ ਚ ਕਿਹਾ ਵੀ ਯੂਨਾਈਟਿਡ ਸਟੇਟਸ ਜਿਹੜਾ ਉਹ ਆਡਾ ਸੈਸੁਰਨਾ ਦੇ ਆਊਟਫਿਟਸ ਦੇ ਉੱਤੇ ਪੂਰੀ ਪਾਬੰਦੀ ਲਾਏ ਇਸ ਪਾਸੇ ਤੋਂ ਸਾਨੂੰ ਨਿਰਾਸ਼ਤਾ ਹੀ ਹੈ ਰਾਦਰ ਜਿਹੜੀ ਨਰਿੰਦਰ ਮੋਦੀ ਬਾਰੇ ਨੀਤੀ ਸੀ ਅਮਰੀਕਾ ਦੀ ਉਹਨਾਂ ਨੇ ਪੂਰਾ ਯੂ ਟਰਨ ਮਾਰਿਆ ਉਹਨਾਂ ਦੀ ਪਾਵਲ ਜਾ ਕੇ ਉਹਨੂੰ ਮਿਲੀ ਹੈ ਔਰ ਕੱਲ ਦੀਆਂ ਖਬਰਾਂ ਜਿਵੇਂ ਦੇਖ ਰਿਹਾ ਸੀ ਜਿਹੜੀ ਸਾਊਥ ਏਸ਼ੀਆ ਦੀ ਅਸਿਸਟੈਂਟ ਸੈਕਟਰੀ ਆਫ ਸਟੇਟ ਲਈ ਹੈ ਸਾਊਥ ਏਸ਼ੀਆ ਦੇ ਹਵਾਲੇ ਕੀਤਾ ਕੋਈ ਗੁਜਰਾਤੀ ਹੈ ਭਾਰਤੀ ਮੂਲ ਦੀ ਔਰ ਉਹਨੇ ਇੰਟਰਵਿਊ ਦਿੱਤਾ ਹੈ ਕਿ ਸੈ ਇਲੈਕਟ੍ਰੋਨਿਕ মিডিਆ ਨੂੰ ਉਹਨੇ ਕਿਹਾ ਜੇ ਜਿਹੜਾ ਵੀ ਡੈਮੋਕਰੈਟਿਕਲੀ ਇਲੈਕਟ ਹੋਏਗਾ ਮੋਸਟ ਵੈਲਕਮ ਜੀ ਸੋ ਉਹਦੇ ਤੋਂ ਤਾਂ ਉਹਨਾਂ ਨੇ ਯੂ ਟਰਨ ਮਾਰ ਲਿਆ ਪਾਬੰਦੀ ਕੀ ਲਾਈ ਉਹ ਨਰਿੰਦਰ ਮੋਦੀ ਨਾਲ ਬਿਜ਼ਨਸ ਕਰਨ ਨੂੰ ਤਿਆਰ ਨੇ ਔਰ ਬਾਕੀ ਉਹਨਾਂ ਨੇ ਐਂਡ ਦੇ ਵਿੱਚ ਇਹ ਕਿਹਾ ਕਿ ਵੀ ਜਿਹੜਾ ਅਸੀਂ ਆਪਣੀਆਂ ਪੁਰਾਣੀਆਂ ਸਪੀਚਸ ਔਰ ਜਿਹੜਿਆ ਆਡੀਓ ਵੀਡੀਓ ਹਾਂਜੀ ਹਾਂਜੀ ਉਹਨਾਂ ਨੂੰ ਪਾਈਏ ਨੈਟ ਦੇ ਉੱਤੇ ਮੇਰਾ ਖਿਆਲ ਹੈ ਕਿ ਵੀ ਜਿੰਨੀਆਂ ਜੋ ਜੋ ਸਾਨੂੰ ਸਰਵਿਸਿਜ਼ ਮਿਲਦੀਆਂ ਜਾਂਦੀਆਂ ਨੇ ਥੋੜੀਆਂ ਬਹੁਤ ਅਸੀਂ ਐਕਸਪੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਬਟ ਹੁਣ ਵਕਤ ਦੀ ਸੀਮਾ ਇੰਨਾ ਕੁ ਹੁੰਦੀ ਹੈ ਕਿ ਵੀ ਕਈ ਵਾਰ ਇਹ ਵੀ ਨਾਲ ਦੀ ਨਾਲ ਜਿਹੜਾ ਸਾਡੇ ਪ੍ਰੋਗਰਾਮ ਰੋਜ਼ਾਨਾ ਹੁੰਦੇ ਨੇ ਇਹ ਵੀ ਦੋ ਦਿਨ ਲੱਗ ਜਾਂਦੇ ਨੇ ਅਪਲੋਡ ਕਰਦੇ ਹਾਂ ਉਹ ਤਾਂ ਤੁਸੀਂ ਅੱਜਕੱਲ ਦਿਖਾ ਰਹੇ ਹੋ ਜਿਹੜਾ ਐਫੀਸ਼ੀਐਂਸੀ ਐਫੀਸ਼ੀਐਂਸੀ ਦਿਖਾ ਕਰੋ ਨਾਲ ਦੀ ਨਾਲ ਪਾਓ ਵੀ ਕਰੋ ਫੇਸਬੁੱਕ ਜੀ ਜੀ ਡਾਕਟਰ ਸਾਹਿਬ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਕੁਲਦੀਪ ਜੀ ਜੀ ਡਾਕਟਰ ਸਾਹਿਬ ਵਿਊਅਰਸ ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ